ਅੱਜ ਖੇਡਿਆਂ ਤੇ ਦੇਸੀ ਮੇਰੇ ਵੀਰ ਨੇ ਪੱਗ ਆ ਪ੍ਰਾਈਡ ਮੇਰੀ ਪੱਗ ਜਿੰਦ ਜਾਨ ਹੈ ਲੰਬੀ ਆ ਕਹਾਣੀ ਪਰ ਦੱਸੂਗਾ ਜ਼ਬਾਨ ਹੈ ਮੇਰੇ ਉੱਤੇ ਪੱਗ ਹੈ ਕਹਿੰਦੇ ਸਰਦਾਰ ਨੇ ਅਣਖੀ ਬੱਲਾਟਾ ਹੈ ਵੈਰੀ ਸਿੱਖੇ ਮਾਰਨੇ ਮੇਰੇ ਉੱਤੇ ਪੱਗ ਹੈ ਕਹਿੰਦੇ ਸਰਦਾਰ ਨੇ ਅਣਖੀ ਬੱਲਾਟਾ ਹੈ ਵੈਰੀ ਸਿੱਖੇ ਮਾਰਨੇ ਇੱਕ ਗੱਲ ਇਹ ਆ ਵੈਸੇ ਵੀ ਚਿੱਟੇ ਦੇ ਆਪਣੇ ਵਪਾਰ ਦੇ ਵਿੱਚ ਫਾਇਦਾ ਬਹੁਤ ਆ। ਹਾਂ ਯਾਰ ਬਾਈ ਫਾਇਦਾ ਬਹੁਤ ਆ ਪਰ ਇਹ ਚ ਕਈ ਮਾਂ ਦੇ ਪੁੱਤਾਂ ਦੀ ਜਾਨ ਚਲੀ ਜਾਂਦੀ ਆ। ਉਹ ਤਾਂ ਗੱਲ ਠੀਕ ਆ ਵੀਰੇ ਪਰ ਜਿਹਨੇ ਕਰਨਾ ਕਰੋ ਜਿਹਨੇ ਜਾਣਾ ਜਾਓ ਇਹ ਕੋਈ ਚੱਕਰ ਯਾਰ ਬਾਈ ਆਪਾਂ ਨਹੀਂ ਕਰਨਾ ਹੈਗਾ। ਹਾਂ ਜੀ ਮੁੰਡੇ ਤੁਸੀਂ ਦੱਸੋ ਫਿਰ ਕੀ ਕਰਨਾ ਹੁਣ। ਬਸ ਬਾਈ ਬਸ ਹੀ ਆ ਇਸ ਤਾਂ ਠੀਕ ਹੈ ਕੋਈ ਚੱਕਰ ਨੀ। ਹਾਂ ਆਪਣੀ ਵੀਰੇ ਗੱਡੀ ਖੜੀ ਹੋਣੀ ਆ ਬਲੈਕ ਕਲਰ ਦੀ ਰੋਡ ਤੇ ਤੁਹਾਨੂੰ ਫੋਨ ਨੰਬਰ ਦਾ ਪਤਾ ਹੀ ਆ ਆਪਣੇ ਪੀਏ ਦਾ ਯੋਧੇ ਦਾ। ਹਾਂ ਵੀਰੇ ਸਮਾਨ ਵੀਰੇ ਤੁਹਾਨੂੰ ਫੜਾ ਦੂ ਵੀਰੇ ਯਾਰ ਪਹਿਲਾਂ ਪੈਸਾ ਚੱਲੂਗਾ ਪੈਸੇ ਤੋਂ ਬਿਨਾਂ ਆਪਾਂ ਵੀਰੇ ਸਮਾਨ ਦਿੰਦੇ ਨੀ। ਨਹੀਂ ਉਹ ਤਾਂ ਠੀਕ ਆ ਵੀਰੇ ਲਿਹਾਜ਼ ਕਰਕੇ ਯਾਰ 2 ਮਿੰਟ ਰੁਕ ਯਾਰ ਬਾਈ ਸਮਾਨ ਤੇਰੇ ਕੋਲ ਪਹੁੰਚ ਜੂ ਬਾਈ। ਵੀਰੇ ਲਿਹਾਜ਼ ਕਰਕੇ ਤੈਨੂੰ ਕਹਿਣਾ ਜਿਹੜਾ ਤੇਰੇ ਜਿੰਨਾ ਤੂੰ ਸਮਾਨ ਮੰਗ ਰਿਹਾ ਨਾ 10,000 ਦਾ ਭਾਅ ਉਹਦਾ ਮਾੜਾ ਮੋਟਾ ਨਾ ਆਪਾਂ 1 ਰੁਪਈਆ ਉੱਤੇ ਵਧਾਉਣਾ ਨਹੀਂ 1 ਰੁਪਈਆ ਘਟਾਉਣਾ ਵੀਰੇ ਮਹਿੰਗਾ ਬਹੁਤ ਹੋ ਰਿਹਾ। ਚੱਲ ਠੀਕ ਆ ਵੀਰੇ ਯਾਰ ਅਸੀਂ ਬੀਜੀ ਹਾਂ ਥੋੜ੍ਹੇ ਜਿਹੇ ਮੀਟਿੰਗ 'ਚ ਅਤੇ ਕੱਲ੍ਹ ਨੂੰ ਫੋਨ ਕਰ ਲਈ ਉਹਨੂੰ। ਓਕੇ ਠੀਕ ਹੈ ਵੀਰੇ ਓਕੇ ਮੁੰਡੇ ਖਤਮ ਕਰ ਦੋ ਜੋ ਮੈਂ ਚੱਕ ਲੋ ਅੱਜ ਫਟਾਫਟ ਜੋ ਵੀ ਮੇਰਾ ਦੰਦ ਭੇਜ ਦੋ ਫਟਾਫਟ ਜੈਬ ਕਰੋ ਦੇਖੋ ਸਵੇਰੇ ਇਹਦਾ ਸਵੇਰੇ ਕਰਦੇ ਹੱਥ ਵੀ ਸਾਨੂੰ ਚੁਕਾਵਾ ਆ ਚੱਕ ਇੱਥੋਂ ਬੂਤ ਨੀ ਚੱਕਣੇ ਚੱਕੋ ਬਾਈ ਘੰਟਾ ਹੋ ਗਿਆ ਬੰਦ ਨੂੰ ਯਾਰ ਫੋਨ ਬਿੰਦੀ ਨੂੰ ਕੋਈ ਗੱਲ ਨੀ ਠੀਕ ਹੈ ਜੀ ਓਕੇ ਲਵਿੰਦਰ ਕਿੱਥੇ ਆ ਬਾਈ।
ਇੱਧਰ ਘਰੇ ਆਈ ਮਾੜਾ ਜਿਹਾ ਘਰੇ ਇੱਥੇ ਤੈਨੂੰ ਆਜਾ ਸਰ ਕਹਿੰਦਾ ਆਇਆ ਨੀ ਹਲੇ ਤੱਕ ਉਹ 15 ਮਿੰਟ ਹੋ ਗਏ ਕੋਈ ਆਉਂਦਾ ਹੀ ਹੋਊ ਯਾਰ ਦੇਖ ਯਾਰ ਤਿਆਰ ਹੋ ਗਏ ਚਿੱਟਾ ਸਪਲਾਈ ਕਰਨ ਵੀ ਜਾਣਾ ਚੱਲ ਬਈ ਹੁਣ ਯਾਰ ਆਪਾਂ ਲੇਟ ਤਾਂ ਹੋ ਗਏ ਚੱਲ ਹਾਂ ਲਿਆ ਫਿਰ ਮੋਟਰਸਾਈਕਲ ਦੀ ਵਧੀਆ ਜਗ੍ਹਾ ਚੱਲਾਂਗੇ ਸ਼ਹਿਰ ਸ਼ੁਰੂ ਕਿਹੜਾ ਕੱਟ ਕੇ ਹਾਂ ਚੱਲਦੇ ਹਾਂ ਲੈ ਕੱਪ ਚੱਲ 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 ਤੂੰ ਆ ਜਾਨ ਚੱਲ ਆ ਹੋ ਲੋਕ ਕਾ ਬੁਝਿਆ ਆ ਬੱਸ ਚੱਲ ਫਿਰ ਹਾਲੇ ਬਾਈ ਤੂੰ ਵੀ ਕਰ ਫੰਡ ਖਾਨ ਚੱਲ ਤਿਆਰ ਹੋ ਆਪਾਂ ਮੋਟਰ ਤੇ ਵੇਚਣ ਵੀ ਜਾਣਾ ਚੱਲ ਫਟਾਫਟ ਇੱਧਰ ਨੂੰ ਜਾਓ ਮਹਾਰਾਜ ਕੋਈ ਨਾ ਮੱਲ ਜੀ ਜੱਗੇ ਤੋਂ ਕੰਮ ਹੋਇਆ ਦੱਸ ਦੇਈ ਕੋਈ ਗੱਲ ਨੀ ਕੋਈ ਨਾ ਜੀ ਚੱਲ ਠੀਕ ਆ ਮੈਨੂੰ ਯਾਰ ਮੂਹਰਲੇ ਮੁੰਡੇ ਸ਼ੱਕ ਲਾ ਗਿਆ ਨਸ਼ੇ ਕਰਦਾ ਸੀਗਾ ਉਹਨੇ ਮੁੰਡੇ ਨਾ ਵਿਗਾੜ ਦੇਵੇ ਕਿਤੇ ਦੇਖਣਾ ਪੈਣਾ ਇਹਨਾਂ ਦਾ ਯਾਰ ਕੋਈ ਨਾ ਪਤਾ ਇਹਨਾਂ ਦਾ ਲੱਗ ਜਾਣਾ ਕੋਈ ਨੀ ਦੇਖਣਾ ਪੈਣਾ ਜਲਦੀ ਯਾਰ ਬੰਕ ਤੇ ਯਾਰ ਆ ਕਿੱਥੇ ਲੈ
ਜਿਹੜਾ ਤਾਂ ਤੂੰ ਖੇਤਾਂ 'ਚ ਲਿਆ ਆਇਆ ਸਵਰਗ ਦੇ ਝੂੜੇ ਦਵਾਉਂਦਾ ਦੇਖ ਸਾਨੂੰ ਗਲਤ ਲੱਗ ਰਿਹਾ ਨਹੀਂ ਮੈਂ ਹੈਗਾ ਨਾਲ ਹੈਗਾ ਮੈਂ देखो नजारे आते हैं बतावर भाई और बंदे बंदे लेके आए समान का समान जान रहे हो चेक भी समान होगा सामान भाई इधर किन्ने किन्ने हाल हो गई हजार कदो कुछ नहीं हूं यार मैं कॉलेज की फीस भी रखे कोई गल नहीं पैसे तो आते जाते रहते होंगे तू कट कट तू ही कट एक दो तीन चार पांच छे सात आठ कोई व्यापार करना तो मिलावट करनी पैनी स्वर्ग के झूठे नहीं है तू ला के देख खोलो इन खोलो देख साडे सारे पैसे लवा दे यार साडे चल लाओ तू हाथ कर कर तू कर डर नहीं लगाएगा नहीं तू कर नहीं लगाएगा भाई उसी ने लो पैसे ले या फिर मोलता मोड़ना करो हाथ करो भाई आई 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 ले पड़ आ ला तू ही ला तू खेडाइयां करी जाने भाई तो बहुत तेज है भाई ਮਾਲ
ਉੱਠ ਕੱਢੋ ਉੱਠੋ ਯਾਰ ਬਾਈ ਸਮਾਨ ਬਹੁਤ ਤੇਜ਼ ਸੀ ਬਾਈ ਸਿੱਧੀ ਗੱਲ ਸੀ ਉੱਠੋ ਚਲੋ ਬਾਈ ਹੁਣ ਆਪਣਾ ਸਹੀ ਸਲਾਮਤ ਘਰੇ ਚਲੇ ਜਾਇਓ ਐਵੇਂ ਹੈ ਨਾ ਇਹਨੂੰ ਬਾਈ ਛੱਡ ਦੀ ਠੀਕ ਆ ਵੀਰਪਾਲ ਮਾੜਾ ਜਿਹਾ ਧਿਆਨ ਰੱਖੀ ਯਾਰ ਭੋਲੇ ਸਹੀ ਸਲਾਮਤ ਇਹਨੂੰ ਘਰੇ ਪਹੁੰਚਾ ਦੇ ਧਿਆਨ ਨਾਲ ਜਾਇਓ ਠੀਕ ਆ ਚੱਟਾ ਲੱਭਿਆ ਚੱਟਾ ਤੂੰ ਲਾਉਣਾ ਮੈਂ ਤਾਂ ਵਕਤ ਤੇ ਲੈ ਕੇ ਗਿਆ ਸੀ ਉਦੋਂ ਕਹਾ ਭੋਲਾ ਲੈ ਕੇ ਗਿਆ ਸੀ ਭੋਲਾ ਕੌਣ ਭੋਲਾ ਬਾਈ ਉਹ ਵੀਰਪਾਲ ਪੱਕੀ ਗੱਲ ਚੱਕਾ ਤੂੰ ਵੀ ਲਾਉਣਾ ਸੀਗਾ ਚਿੱਟਾ ਤੂੰ ਵੀ ਲਾਉਣਾ ਸੀਗਾ ਨਹੀਂ ਬਾਈ ਫਾਰਮ ਨੂੰ ਪੁੱਟਣ ਲੱਗਿਆ ਸਾਡੇ ਬੰਦੇ ਨੂੰ ਜਿਹੜੇ ਦੋ ਮੁੰਡੇ ਉਹਨਾਂ ਦੇ ਪੁਲਿਸ ਨੂੰ ਖੂਹ ਨਾ ਲਾ ਦੇਣ
ਦੱਸ ਪੱਕੀ ਗੱਲ ਹੈ ਵੀਰ ਪਾ ਹੁੰਦਾ ਚੱਟਾਂ ਨੂੰ ਪੱਕੀ ਗੱਲ ਦੱਸ ਹਾਂ ਬਾਈ ਤਾਂ ਬਾਅਦ ਦੇਖਦਾ ਮੈਂ ਬੋਲੇ ਐਮਐਲਏ ਸਾਹਿਬ ਉਹਨਾਂ ਪਰਮ ਕੁੱਟਿਆ ਪਰਮ ਕਿਹਨੇ ਕੁੱਟਿਆ ਸਨੀ ਨੇ ਕੁੱਟਿਆ ਬਾਈ ਉਹ ਹੁਣ ਡਾਇਰੈਕਟਰ ਸਨੀ ਕੌਣ ਹੋਏ ਬਾਈ ਇੰਦਰ ਨਹੀਂ ਹੈਗਾ ਜਿਹੜਾ ਆਪਣੇ ਮੋਟਰ ਤੇ ਉਦਣ ਆਏ ਸੀਗੇ ਸਮਾਨ ਲੈਣ ਦੱਸਿਆ ਹਾਂ ਉਹਦਾ ਭਾਈ ਆ ਉਹ ਵੀ ਆ ਬਾਈ ਮਸਲਾ ਗੰਭੀਰ ਕੋਈ ਨੀ ਕਰਦੇ ਹਾਲ ਫਿਰ ਤਾਂ ਇੰਦਰ ਇੰਦਰੇ ਚੱਕਣਾ ਪੈਣਾ ਆਪਾਂ ਨੂੰ ਹਾਂ ਹਾਂ ਬਾਈ ਚਲੋ ਕਰਦੇ ਹਾਂ ਖਤਮ ਕੋਈ ਨੀ ਉਹਨੂੰ ਵੀ ਕੋਈ ਨੀ ਬਾਈ ਚਲੋ ਆ ਜਾਓ ਚਲੋ ਠੀਕ हेलो हाँ भाई लंगर आला ही बैठा इधर नू आ जाओ हाँ जी इधर ही आ जाओ ठीक है भाई आ जाओ चलते चक्कर नहीं देख रहे की बन बस एक बार पता ला गए बस कोई ना भाई होश आ गया ਬੰਕ ਤੇ ਚੱਲਦੇ ਆ ਕਿੱਥੇ ਗਏ ਸੀ
ਬਈ ਮੈਨੂੰ ਭੋਲਾ ਕਹਿੰਦਾ ਵੀ ਚੱਲ ਆਪਾਂ ਚੱਲਦੇ ਹਾਂ ਹੁਣ ਕਾਲਜ ਤੋਂ ਤਾਂ ਲੇਟ ਹੋ ਗਏ ਵੀ ਮਾਸਟਰ ਤੋਂ ਥੱਪੜ ਪੈਣੇ ਬਾਈ ਅਸੀਂ ਜੇ ਤੁਹਾਨੂੰ ਗਏ ਵੀ ਚੱਲ ਆਪਾਂ ਸ਼ਹਿਰ ਚੱਲਦੇ ਹਾਂ ਬਈ ਸ਼ਹਿਰ ਦੇ ਭਾਵੇਂ ਸਾਨੂੰ ਬਖਤਾਵਰ ਕੋਲੇ ਲੈ ਗਿਆ MLA ਕੋ ਹਾਂ ਬਾਈ ਜਿਹੜਾ ਨਸ਼ੇ ਸਪਲਾਈ ਕਰਦਾ ਤੁਸੀਂ ਸਰਦਾਰ ਬੰਦੇ ਹੋ ਗਏ ਵਪਾਰ ਕਰਦੇ ਇਹ ਗੱਲਾਂ ਕਰਦੇ ਵਧੀਆ ਨਹੀਂ ਲੱਗਦੇ ਪੱਗ ਨੂੰ ਦਾਗ ਲੱਗੂ ਨਾ ਤੂੰ ਪਰਿਵਾਰ ਦਾ ਨਾਂ ਰੋਲਿਆ ਨਾਲੇ ਪੱਗ ਦਾ ਨਾਂ ਰੋਲਿਆ ਸਾਰਾ ਤੁਹਾਡੇ ਸਾਰਾ ਕੁਝ ਦੱਸ ਦਿੰਦਾ ਇਹਨੇ ਲਾਇਆ ਸਾਨੂੰ ਉਹਦੇ ਕੋਲ ਲੈ ਕੇ ਚੱਲ ਅਸੀਂ ਬੰਦੇ ਫੜਾਂਗੇ ਬਈ ਮੈਂ ਆਪਣੀ ਗਲਤੀ ਸੁਧਾਰਨਾ ਚਾਹੁੰਦਾ ਤੇਰੀ ਗਲਤੀ ਤਾਂ ਸੁਧਰੂਗੀ ਜੇ ਤੂੰ ਸਾਡਾ ਸਾਥ ਦੇਂਗਾ ਹਾਂ MLA ਦਾ ਚਿੱਟਾ ਕੰਮ ਬੰਦ ਕਰ ਦੇਵਾਂਗੇ ਬਈ ਜੇ ਮੇਰੇ ਕਰਕੇ ਕਿੰਨੇ ਨੌਜਵਾਨ ਨਸ਼ੇ ਤੋਂ ਬਚ ਸਕਦੇ ਨੇ ਬਈ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਬਸ ਠੀਕ ਮੈਂ ਬਾਈ ਤੁਹਾਨੂੰ ਆਏ ਕਰ ਇਕੱਲੀ ਗੱਲ ਦੱਸ ਦੂੰਗਾ ਮੈਂ ਤੁਹਾਨੂੰ ਆਏ ਕਰ ਪਰ ਨੂੰ ਲੈ ਕੇ ਜਾ ਤੇ ਉੱਥੇ ਜਾ MLA ਨੂੰ ਬਈ ਤੇ ਉੱਥੇ ਚਿੱਟਾ ਬਾਰੇ ਪਤਾ ਕਰ ਵੀ ਚਿੱਟਾ ਕਿੱਥੋਂ ਆਉਂਦਾ ਕਿਵੇਂ ਵੇਚਦਾ ਕਿਹਦੇ ਕੋਲ ਜਾਂਦਾ ਸਾਨੂੰ ਸਭ ਕੁਛ ਦੱਸ ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗਾ ਬਾਈ ਬਾਈ ਪਰ ਮੈਂ ਅੱਜ ਤੋਂ ਬਾਅਦ ਨਹੀਂ ਕੋਈ ਵੀ ਨਸ਼ਾ ਕਰਨਾ ਬਾਈ ਯਾਰ ਮੈਂ ਮਾਰਨਾ ਨਹੀਂ ਚਾਹੁੰਦਾ ਬਾਈ ਯਾਰ ਮੈਨੂੰ ਬਚਾ ਲਓ ਬਾਈ ਤੈਨੂੰ ਮਰ ਨਹੀਂ ਰਹਿੰਦਾ ਤੇਰੇ ਨਾਲ ਖੜੇ ਤੂੰ ਪਰਮ ਨੂੰ ਫੋਨ ਕਰ ਤੂੰ ਤੇ ਪਰਮ ਉਹਦੇ ਕੋਲ ਜਾਓ ਵੀ ਕੌਣ ਨਸ਼ਾ ਵੇਚਦਾ ਵੀ ਹਾਂ ਬਾਈ ਮੈਂ ਉਹਦੇ ਨਾਲ ਜਾ ਕੇ ਸਾਰੀ ਸੂਹ ਲੈ ਕੇ ਤੁਹਾਨੂੰ ਦੱਸ ਦੂੰਗਾ ਵੀ ਕਿੱਥੋਂ ਨਸ਼ਾ ਉਹਦਾ ਸਾਡਾ ਸਾਥ ਦੇ ਸਾਡਾ ਮਰ ਨਹੀਂ ਰਹਿੰਦਾ ਤੈਨੂੰ ਮਰ ਨਹੀਂ ਦਿੰਦੇ ਬਾਈ ਪਰ ਇੱਕ ਗੱਲ ਆ ਬਾਈ ਉਹ ਸ਼ੱਕੀ ਬੰਦੇ ਨੂੰ ਰੱਖ ਦਿੰਦੇ ਹੈਗੇ ਮੈਨੂੰ ਪਰਮ ਨੇ ਦੱਸੀ ਉਹ ਕਹਿੰਦਾ ਜੇ ਕੋਈ ਜੇ ਕਿਸੇ ਵੀ ਬੰਦੇ ਤੋਂ ਮੈਨੂੰ ਸ਼ੱਕ ਦੋ ਜਦੀ ਮਾਰ ਕੇ ਛੱਡ ਦਿੰਦੇ ਅਸੀਂ ਤੇਰੇ ਪਿੱਛੇ ਪਿੱਛੇ ਆਵਾਂਗੇ ਤੂੰ ਡਰੀ ਨਾ ਬਾਈ ਥੋੜਾ ਧਿਆਨ ਰੱਖਿਓ ਤੇਰੇ ਨਾਲ ਖੜੇ ਆ ਜਾਂ ਤੇਰੇ ਨਾਲ ਜਾਵਾਂਗਾ ਅਸੀਂ ਪਿੱਛੇ ਠੀਕ ਆ ਬਾਈ ਮੈਂ ਬਾਕੀ ਬਾਈ ਪਰਮ ਨਾਲ ਜਾ ਕੇ ਤੁਹਾਨੂੰ ਅੱਜ ਸ਼ਾਮ ਤੱਕ ਦੱਸ ਦਿੰਦਾ ਕੋਈ ਨਾ ਫਿਰ ਅਸੀਂ ਚੱਲਦੇ ਹਾਂ ਸਾਨੂੰ ਤੇਰੇ ਪਿੱਛੇ ਰਹਾਂਗੇ ਅੱਜ ਠੀਕ ਆ ਸਾਨੂੰ ਦੱਸ ਦੀ ਬਸ ਚੱਲ ਫਿਰ ਅਸੀਂ ਹੁਣ ਚੱਲਦੇ ਹਾਂ ਠੀਕ ਆ ਸਾਨੂੰ ਸਾਰਾ ਕੁਝ ਦੱਸ ਦੀ ਫੋਨ ਕਰਕੇ ਠੀਕ ਆ ਮੈਂ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਸਾਨੂੰ ਅਸੀਂ ਤੇਰੇ ਪਿੱਛੇ ਹੀ ਆ ਸਾਨੂੰ ਦੂਰ ਦੇ ਦੀ ਹਿੰਮਤ ਮਰ ਛੇਤੀ ਆ ਜਾ ਮੈਂ ਉੱਥੀਆਂ ਕੋਲ ਹੁਣ ਮੈਂ ਕਿੱਥੇ ਲੱਭਦਾ ਫਿਰ ਯਾਰ ਤੂੰ ਆ ਜਾ ਫਿਰ ਹੁਣ ਅੱਗੇ ਵਾਲੀ ਥਾਂ ਤੂੰ ਆਪਾਂ ਆ ਜਾ ਹੈਲੋ ਉਹ ਕਿੱਥੇ ਆ ਦੱਸੂ ਬਾਈ ਯਾਰ ਮੈਂ ਤੇਰੇ ਘਰ ਕੋਲੇ ਆਉਂਦਾ ਮੈਨੂੰ ਕੰਮ ਜਿਹਾ ਸੀ ਆਪਾਂ ਕਿਤੇ ਜਾ ਕੇ ਆਉਂਦਾ ਚੱਲ ਮੈਂ ਚੰਗਾ ਓਕੇ ਤਿਆਰ ਨਹੀਂ ਬਸ ਆ ਗਿਆ ਮੈਂ ਘਰੋਂ ਬਾਹਰ ਨਿਕਲਿਆ ਠੀਕ ਆਜੋ ਬਾਈ ਮੈਂ ਸੜਕ ਤੇ ਖੜਾ ਆ ਮੈਂ ਸੜਕ ਤੇ ਤਿਆਰ ਹਾਂ ਆਜੋ ਆਜੋ ਠੀਕ ਆ ਹਾਂ ਬੈਠ ਕਰ
ਭਾਈ ਯਾਰ ਆਹ ਕੰਮ ਦਾ ਕਰਾਉਣਾ ਮੈਂ ਯਾਰ ਤੈਨੂੰ ਤੇਰੇ ਬਿਨਾਂ ਇਹ ਕੰਮ ਹੁੰਦਾ ਯਾਰ ਭਾਈ ਔਖਾ ਯਾਰ ਉਹ ਤਾਂ ਚੱਲ ਮੰਨ ਲਿਆ ਔਖਾ ਤਾਂ ਹੈ ਯਾਰ ਫਿਰ ਵੀ ਯਾਰ ਭਾਈ ਮਦਦ ਤੈਨੂੰ ਕਰਨੀ ਚਾਹੀਦੀ ਆਪਾਂ ਪੁਰਾਣੀ ਵਾਲੀ ਚੱਲ ਭਾਈ ਯਾਰ ਤੇਰੇ ਨਾਲ ਇੱਦਾਂ ਵੀ ਕਰ ਦਿੰਦਾ ਚੱਲੀਏ ਸਰ ਚਲੋ ਚੱਕ ਲਓ ਮਗਰ ਗੱਡੀ ਕਿਹਦੀ ਆ ਰਹੀ ਹੈ ਯਾਰ ਦੇਖੋ ਮੈਨੂੰ ਇਹਦਾ ਭਾਈ ਲੱਗਦਾ ਬਾਈ ਕੋਈ ਨੀ ਇਹਨਾਂ ਨਾਲ ਲੱਗਦਾ ਤਾਂ ਮੇਰੀ ਹੋਈ ਆ ਕਿਵੇਂ ਆ ਕਿਵੇਂ ਕਹਿੰਦੇ ਹੋ ਵਧੀਆ ਹੋਰ ਮੁੰਡੇ ਹੋ ਕਿਵੇਂ ਹੋ ਫਿਰ ਜੀ ਬਾਈ ਜੀ ਹੋਰ ਬਾਈ ਠੀਕ ਹੋ ਉਹ ਬਾ ਮੁੰਡਾ ਕਿਵੇਂ ਆ ਫਿਰ ਕਿਵੇਂ ਭਲਵਾਨਾ ਹੋਰ ਬਾਈ ਕਿਵੇਂ ਆ ਭਾਈ ਜੀ ਚਿੱਟਾ ਦੇ ਦੂਜੀ ਅੱਜ ਪੈਸੇ ਗੁੱਡੇ ਨਹੀਂ ਆਪਣੇ ਕੋਲ ਬੱਚਾ
ਪਿਆ ਰਹਿਣ ਦੋ ਪਾਣੀ ਉਹ ਪਾਣੀ ਪੂਰੀ ਨਹੀਂ ਰਹਿ ਮਿਲਦਾ ਹੈਗਾ ਪਲਾਉਣਿਆਂ ਦੇ ਪਾਣੀ ਦਿੰਨਾ ਮੈਂ ਚੱਟਾ ਖੋਲਣਾ ਚੱਟਾ ਪਾਣੀ ਪੂਰੀ ਦੋ ਪਾਣੀ चढ़ी जवानी कोई कारा करवाऊगी लेना जो लेना जो लेना जो मुल की दुश्मनी एक दिन मरवाऊगी लेना जो मुल की दुश्मनी एक दिन मरवाऊगी लेना जो मुल की दुश्मनी ते सिंगम ना बनया कर तू मी केड़ा हाथ पालूगा रेल मैं भर दूं इंजन जिहा जट कुड़े यारां लई एस निकल दी नो इफ ना बट कुड़े यारां लई एस निकल दी नो इफ ना बट कुड़े नश टंडियां दी लंबड़दारी तैनू हरवाऊगी लैना जो लैना जो लैना जो मन दी दुश्मनी एक दिन मरवाऊ ਚੱਲ ਭਾਈ ਇਹਦਾ ਵੀ ਹੋ ਗਿਆ ਕੰਮ ਹੁਣ ਆਪਾਂ ਐਮਐਲਏ ਭਾਈ ਕੋ ਛੱਡੀਏ ਹਾਂਜੀ ਐਮਐਲਏ ਬੇਟਾ ਚਿੱਟਾ ਓਏ ਫੇੜੇ ਓਏ ਇਹਦਾ ਚਿੱਟਾ ਨਾ ਗਲਤੀ ਹੋ ਗਈ ਐਦੀ ਨਾ ਭਾਈ ਇਹ ਕਸਰ ਕਸਰ ਰਹਿ ਗਈ ਆ ਨਾ ਭਾਈ ਵੇਚੇਗਾ ਚਿੱਟਾ ਨਾ ਭਾਈ ਓਏ देख लेंगे थोनू फिर बदला लेना गुरी इना तो जो मेनू कहा इधर आयो ले पंप तू ही लाना एमएलए भाई की हो गया छोड़ गया चले गया उठो
Yeah.